ਪ੍ਰੋਗਰਾਮ ਇਤਿਹਾਸ ਦੀ ਖੋਜ ਲੈ ਕੇ ਮੈਂ ਹਰਕਿਰਤ ਸਿੰਘ ਬਲ ਹਾਜ਼ਰ ਹੋਇਆ ਹਾਂ ਜੀ ਗੁਰਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਅੱਜ 13 ਨਵੰਬਰ ਹੈ ਜੀ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਿਹੜੀ ਖੋਜ ਕੱਢ ਕੇ ਲਿਆਂਦੀ ਆ ਉਹ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਜੀ ਸਰਵਨ ਕਰੋ ਅੱਜ 7 ਨਵੰਬਰ 1862 ਈਸਵੀ ਨੂੰ ਪਟਿਆਲਾ ਦੇ ਮਹਾਰਾਜਾ ਨਰਿੰਦਰ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ ਉਹ ਪੰਜਾਬੀ ਭਾਸ਼ਾ ਦੇ ਸਥਾਪਨਾ ਦੇ ਵਿੱਚ ਜਿਹੜੀ ਪ੍ਰਸਾਰ ਤੇ ਪ੍ਰਚਾਰ ਦੇ ਲਈ ਜਾਣੇ ਜਾਂਦੇ ਸਨ ਆਪਣੇ ਉਹਨਾਂ ਦਾ ਜਿਹੜਾ ਜੋਸ਼ ਸੀ ਉਹ ਕਾਫੀ ਹੈਗਾ ਸੀ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਸੀ ਪਿਆਬੀ ਲੇਖਕਾਂ ਦੇ ਵਿੱਚ ਉਹ ਇੱਕ ਸਤਕਾਰ ਵਜੋਂ ਜਾਣੇ ਜਾਂਦੇ ਹਨ ਭਾਵੇਂ ਕਿ ਪਟਿਆਲਾ ਜਿਹੜੀ ਰਿਆਸਤ ਆ ਉਹਦੇ ਮਹਾਰਾਜਿਆਂ ਦੇ ਆਪਣੇ ਹੀ ਜਿਹੜੇ ਨਾਮ ਹੈ ਆਪਣੇ ਨਾਮ ਕਰਕੇ ਉਹਨਾਂ ਦਾ ਆਪਣਾ ਇਤਿਹਾਸ ਹੈ ਆਪਣੀਆਂ ਹੀ ਉਹਨਾਂ ਦੀਆਂ ਜਿਹੜੀਆਂ ਕਟਨਾਵਾਂ ਨੇ ਇਸ ਰਾਜ ਦਾ ਅਸੀਂ ਜ਼ਿਕਰ ਇਸ ਕਰਕੇ ਕੀਤਾ ਕਿਉਂਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਫੀ ਯੋਗਦਾਨ ਇਹਨਾਂ ਨੇ ਪਾਇアシਸ ਕਰਕੇ ਅੱਜ ਇਹਨੂੰ ਅਸੀਂ ਯਾਦ ਕੀਤਾ ਹੈ ਗੱਲ ਅੱਗੇ ਆ ਜੀ ਗੱਲ ਸੋਦੇ ਦੀ ਕਰਨ ਲੱਗੇ ਆ ਸੋਦਾ ਸ਼ਬਦ ਜਿਹੜਾ ਕਿ ਨਿਹੰਗਾਂ ਵੱਲੋਂ ਵਰਤਿਆ ਜਾਂਦਾ ਨਿਹੰਗ ਸਿੰਘ ਜਦੋਂ ਕਿਸੇ ਨੂੰ ਸੋਦਾ ਲਾਉਂਦੇ ਨੇ ਕੋਈ ਪੰਥ ਦਾ ਦੁਖੀ ਹੋਵੇ ਮੁਖਬਰ ਹੋਵੇ ਉਸ ਨੂੰ ਜਦੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਸ ਲਈ ਸੋਦਾ ਸ਼ਬਦ ਜਿਹੜਾ ਵਰਤਿਆ ਜਾਂਦਾ ਇਹ ਅੱਜ ਤੋਂ ਨਹੀਂ ਲੱਗਦਾ ਆ ਰਿਹਾ ਜੀ ਗੱਲ ਆ 1923 ਵੀ ਦੀ ਕੋਟਲੀ ਦੇ ਕੋਟਲੀ 바ਵਾ ਦਾਸ ਦੇ ਜਵਾਲਾ ਸਿੰਘ ਇੱਕ ਜਵਾਲਾ ਸਿੰਘ ਨਹੀਂ ਜਵਾਲਾ ਸਿੰਘ ਕਹੂੰਗਾ ਜਵਾਲਾ ਸਿੰਘ ਆ ਜਿਹੜਾ ਉਸ ਨੂੰ ਬੱਬਰਾਂ ਨੇ ਅੱਜ ਦੇ ਦਿਨ ਸੌਦਾ ਲਾ ਦਿੱਤਾ ਸੀ ਬ੍ਰਿ얌 ਸਿੰਘ ਤੁੱਗਾ ਅਤੇ ਧੰਨਾ ਸਿੰਘ ਕੋਟਲੀ ਨੇ ਉਹਨਾਂ ਨੂੰ ਜਿਹੜਾ ਦੋਨਾਂ ਨੇ ਰਲ ਕੇ ਜਿਹੜਾ ਸੌਦਾ ਲਾਇਆ ਸੀ ਕਿਉਂਕਿ ਇਹ ਜਿਹੜਾ ਜਵਾਲਾ ਸਿੰਘ ਸੀ ਇਹ ਕਾਫੀ ਵਦਨਾਮ ਸੀ ਕਿਉਂਕਿ ਇਹ ਮੁਖਵਾਰ ਸੀ ਵੱਡਾ ਉਸਵੇਂ ਜਿਹੜੀ ਇਹ ਬੱਬਰਾਂ ਅਕਾਲੀਆਂ ਦੀ ਲਹਿਰ ਆ ਇਹ ਜਿਹੜੀ ਇੱਕ ਸੰਘਰਸ਼ ਵਾਲੀ ਲਹਿਰ ਸੀ ਇਹਦੇ ਵਿੱਚ ਕਾਫੀ ਜਿਹੜਾ ਸੰਘਰਸ਼ੀਲ ਹਥਿਆਰਮੰਦ ਸੰਘਰਸ਼ ਉਹਨਾਂ ਵੱਲੋਂ ਕੀਤਾ ਜਾਂਦਾ ਜੀ ਅੱਗੇ ਵਧਦੇ ਹਾਂ ਜੀ ਅਗਲੀ ਘਟਨਾ ਦਾ ਆਪ ਜੀ ਦੇ ਨਾਲ ਜ਼ਿਕਰ ਕਰਦੇ ਹਾਂ 1908 ਈਸਵੀ ਦੇ ਵਿੱਚ ਡਾਕਟਰ ਚੰਨ ਸਿੰਘ ਦਾ ਅੰਮ੍ਰਿਤਸਰ ਵਿਖੇ ਦਿਹਾਂਤ ਹੋ ਜਾਂਦਾ ਜੀ ਡਾਕਟਰ ਚਰਨ ਸਿੰਘ ਪੰਜਾਬੀ ਸਾਹਿਤਕਾਰ ਸਨ ਉਹ ਭਾਈ ਵੀਰ ਸਿੰਘ ਅਤੇ ਡਾਕਟਰ ਬਲਵੀਰ ਸਿੰਘ ਦੇ ਪਿਤਾ ਜੀ ਸਨ ਡਾਕਟਰ ਚਾਰਨ ਸਿੰਘ ਦਾ ਜਨਮ 7 ਮਾਰਚ 1853 ਈਸਵੀ ਨੂੰ ਬਾਬਾ ਕਾਨ ਸਿੰਘ ਅਤੇ ਮਾਈ ਰੂਪਕੌਰ ਦੇ ਘਰ ਜਿਹੜਾ ਹੁੰਦਾ ਜੀ ਤੇ ਉਹਨਾਂ ਦਾ ਜਿਹੜਾ ਪਿਸ਼ੋਕੜ ਆ ਉਹ ਅੰਮ੍ਰਿਤਸਰ ਤੋਂ ਹੀ ਲਿਆ ਜਾਂਦਾ ਜੀ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਯੋਗਦਾਨ ਪਾਇਆ ਉਹਨਾਂ ਨੂੰ ਵੱਖ-ਵੱਖ ਪਾਸ਼ਾਵਾਂ ਦੀ ਵੀ ਬੜੀ ਮੁਹਾਰਤ ਸੀ ਮੋਢਲੀ ਵਿਦਿਆਵਾਂ ਨੇ ਸੰਤ ਕੜਿਆਲੀਏ ਕੋਲੋਂ ਹਾਸਲ ਕੀਤੀ ਸੀ ਉਹਨਾਂ ਦੇ ਗਿਆਨ ਦੇ ਸਦਕਾ ਹੀ ਅੱਗੇ ਅਸੀਂ ਵੇਖ ਸਕਦੇ ਹਾਂ ਕਿ ਭਾਈ ਵੀਰ ਸਿੰਘ ਤੇ ਡਾਕਟਰ ਬਲਵੀਰ ਸਿੰਘ ਨੇ ਕਾਫੀ ਜਿਹੜਾ ਸਾਹਿਤ ਨੂੰ ਯੋਗਦਾਨ ਦਿੱਤਾ ਚਾਰਨ ਸਿੰਘ ਡਾਕਟਰ ਨੇ ਸੰਸਕ੍ਰਿਤ ਬ੍ਰਿਜ ਫਾਰਸੀ ਅਤੇ ਸ਼ੰਦ ਸ਼ਾਸਤਰ ਦੀ ਜਿਹੜੀ ਪੜਾਈ ਵਿੱਚ ਕਾਫੀ ਮੁਹਾਰਤ ਹਾਸਲ ਕੀਤੀ ਹੋਈ ਸੀ ਇੱਕ ਘਟਨਾ ਹੋਰ ਤੁਹਾਡੇ ਨਾਲ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ ਉਹ ਇਹ ਸੀ ਕਿ 1920 ਦੇ ਵਿੱਚ ਜਿਹੜੀ ਸਰਕਾਰ ਸੀ ਉਸ ਵੇਲੇ ਦੀ ਉਹਨੇ ਇੱਕ ਯਤਨ ਕੀਤਾ ਕਿ 36 ਮੈਂਬਰੀ ਕਮੇਟੀ ਬਣਾ ਲਈ ਸੀ ਜਿਹਦੇ ਵਿੱਚ ਐਸਜੀਪੀ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਨਾ ਬਣੇ ਇਸ ਕਰਕੇ 36 ਮੈਂਬਰੀ ਕਮੇਟੀ ਉਸ ਵੇਲੇ ਦੀ ਸਰਕਾਰ ਨੇ ਬਣਾਈ ਸੀ ਜਿਹਦੇ ਵਿੱਚ ਪਟਿਆਲੇ ਦੇ ਮਹਾਰਾਜਾ ਭਪਿੰਦਰ ਸਿੰਘ ਦਾ ਨਾਮ ਵੀ ਜੁੜਿਆ ਹੋਇਆ ਸੀ ਸੋ ਪਿਆਰੇ ਦਰਸ਼ਕੋਏ ਸੀ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਇਤਿਹਾਸ ਦੀ ਖੋਜ ਦੇ ਅੰਤਰਗਤ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਆਪ ਜੀ ਨੂੰ ਪਸੰਦ ਆ ਰਿਹਾ ਹੋਵੇਗਾ ਇਸੇ ਤਰ੍ਹਾਂ ਜੁੜੇ ਰਹੋ ਕੱਲ ਫਿਰ ਮਿਲਦੇ ਹਾਂ ਜੀ ਧੰਨਵਾਦ ਸ਼ੁਕਰਾਨੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ